ਬੰਦਾ ਸੋਚਦਾ ਵੀ ਐਂ ਕਰ ਲੈਣਾ ਚਾਹੀਦਾ, ਤਾਂ ਹੀ ਸਿਆਣੇ ਬਜ਼ੁਰਗ ਨੂੰ ਪੁੱਛਿਆ ਜਾਂਦਾ ਵੀ ਬਾਬਾ ਕਿਵੇਂ ਕਰੀਏ, ਕਿਉਂਕਿ ਉਹਨਾਂ ਨੇ ਉਮਰ ਹੰਢਾਈ ਹੁੰਦੀ ਹੈ, ਵਕਤ ਹੰਢਾਇਆ ਹੁੰਦਾ। ਸ਼ਾਇਰ ਕੀ ਲਿਖਦਾ, ਹੈ ਕਵੀ ਤੇ ਰਸੋਈਏ ਨੂੰ ਬੁਰਾ ਨਾ ਬੋਲੀਏ, ਓਏ ਫੜ ਲਈਏ ਤੱਕੜੀ ਤਾਂ ਪੂਰਾ ਤੋਲੀਏ, ਉਹ ਜਿੰਨਾ ਚਿਰ ਘਰੇ ਨਾ ਲਿਆਈਏ ਡੋਲੇ ਨੂੰ, ਤੇ ਬਹਿ ਜਾ ਕਰ ਛੱਡੀਏ ਵਿਚੋਲੇ ਨੂੰ, ਸੇਵੀਆਂ ਕਦੇ ਨਾ ਠਾਰੀਏ, ਉਹ ਚੋਗਾ ਪਾ ਕੇ ਪੰਛੀ ਨੂੰ ਕਦੇ ਨਾ ਮਾਰੀਏ, ਉਹ ਚੋਗਾ ਪਾ ਕੇ ਪੰਛੀ ਨੂੰ ਕਦੇ ਨਾ ਮਾਰੀਏ, ਉਹ ਦਾਤਣ ਤੇ ਕੁਰਲੇ ਦਾ ਨਾਗਾ ਪਾਈਏ ਨਾ, ਝੂਠ ਪੈ ਬਿਮਾਰ ਦੀ ਕਦੇ ਵੀ ਖਾਈਏ ਨਾ, ਉਹ ਬੀਜੀਏ ਨਾ ਪੈਲੀ ਕਦੇ ਬਿਨ ਰੁੱਤ ਦੇ, ਉਹ ਬੀਜੀਏ ਨਾ ਪੈਲੀ ਕਦੇ ਬਿਨ ਰੁੱਤ ਦੇ, ਉਹ ਜੁੱਤੀਆਂ ਨਾ ਮਾਰੀਏ ਜਵਾਨ ਪੁੱਤ ਦੇ, ਉਹ ਜੁੱਤੀਆਂ ਨਾ ਮਾਰੀਏ ਜਵਾਨ ਪੁੱਤ ਦੇ, ਓਏ ਹੁਸਨ ਈ ਕਾਹਦਾ ਜੇ ਹੰਕਾਰ ਹੋ ਗਿਆ, ਭੇਤ ਕਾਹਦਾ ਜਿਹੜਾ ਜੱਗ ਜਾਰ ਹੋ ਗਿਆ, ਓਏ ਕਾਸ ਦਾ ਵਿਚੋਲਾ ਗੱਲ ਪੂਰੀ ਖੋਲ ਜੇ, ਓ ਕਾਸ ਦਾ ਵਿਚੋਲਾ ਗੱਲ ਪੂਰੀ ਖੋਲ ਜੇ, ਤੇ ਸੌਕਣੋ ਕਾਹਦੀ ਜਿਹੜੀ ਘੱਟ ਬੋਲ ਜੇ, ਸੌਕਣੇ ਓ ਕਾਹਦੀ ਜਿਹੜੀ ਘੱਟ ਬੋਲ ਜੇ, ਸੌਕਣੇ ਓ ਕਾਹਦੀ ਜਿਹੜੀ ਘੱਟ ਬੋਲ ਜੇ, ਸੌਕਣੇ ਓ ਕਾਹਦੀ ਜਿਹੜੀ ਘੱਟ ਬੋਲ ਜੇ, ਮਾਪਿਆਂ ਦੀ ਮੰਨੇ ਇੱਕ ਨਾ, ਵਿਛੋੜਾ ਕਾਹਦਾ ਮਿਲਣ ਦੀ ਹੋਵੇ ਸਿੱਕ ਨਾ, ਤੇ ਪਾਠੀ ਕਾਹਦਾ ਉੱਠਣ ਦੀ ਘੋਲ ਕਰਜੇ, ਓਏ ਪਾਠੀ ਕਾਹਦਾ ਉੱਠਣ ਦੀ ਘੋਲ ਕਰਜੇ, ਤੇ ਕਾਹਦੀ ਉਹ ਜਵਾਨੀ ਜੀ ਦਾ ਖੂਨ ਠਰਜੇ, 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 ਜਾਵੇ ਸੱਥਣਾ, ਤੇ ਲੋਕ ਗਾਇਕ ਕਾਹਦਾ ਗਾਵੇ ਲੋਕ ਤੱਥਣਾ, ਓਏ ਲੋਕ ਗਾਇਕ ਕਾਹਦਾ ਗਾਵੇ ਲੋਕ ਤੱਥਣਾ, ਓ ਚੰਡੇ ਚੇਲੇ ਗੁਰੂ ਦੀ ਨਾ ਗੱਲ ਮੋੜਦੇ, ਓ ਚੰਡੇ ਚੇਲੇ ਗੁਰੂ ਦੀ ਨਾ ਗੱਲ ਮੋੜਦੇ, ਤੇ ਸ਼ੌਂਕੀ ਬੰਦੇ ਚੀਜ਼ ਦਾ ਨਾ ਮੁੱਲ ਤੋੜਦੇ, 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 ਹੇ 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 ਹੇ
ਕੋਈ ਮੋੜੀਏ ਨਾ ਪੰਚਾਇਤ ਦਾ, ਮਾਪਿਆਂ ਨੂੰ ਮੌਕਾ ਦੇਈਏ ਨਾ ਸ਼ਿਕਾਇਤ ਦਾ, ਸਾਂਝੀ ਵੱਟ ਤੋਂ ਨਾ ਪੁੱਛੇ ਬਿਨਾ ਰੁੱਖ ਵੱਢੀਏ, ਉਹ ਸੱਥ ਚ ਖਲੋ ਕੇ ਨਾ ਜੀ ਗਾਲ ਕੱਢੀਏ, ਉਹ ਚੌਂਕੀਦਾਰ ਨਾਲ ਕਦੇ ਵੈਰ ਪਾਈਏ ਨਾ, ਚੌਂਕੀਦਾਰ ਨਾਲ ਕਦੇ ਵੈਰ ਪਾਈਏ ਨਾ, ਤੇ ਚੱਕਵੇਂ ਜੇ ਬੰਦੇ ਦੀ ਬਰਾਤ ਜਾਈਏ ਨਾ, ਚੱਕਵੇਂ ਜੇ ਬੰਦੇ ਦੀ ਬਰਾਤ ਜਾਈਏ ਨਾ, ਚੱਕਵੇਂ ਜੇ ਬੰਦੇ ਦੀ ਬਰਾਤ ਜਾਈਏ ਨਾ, ਚੱਕਵੇਂ ਜੇ ਬੰਦੇ ਦੀ ਬਰਾਤ ਜਾਈਏ ਨਾ। ਕਦੇ ਹੁੰਦੇ ਸਾਕ ਨੂੰ, ਐਬੀ ਕੋਲ ਜਾਣ ਦੇਈਏ ਨਾ ਜਵਾਕ ਨੂੰ, ਮਾਰੀਏ ਨਾ ਭਾਨੀ ਕਦੇ ਹੁੰਦੇ ਸਾਕ ਨੂੰ, ਐਬੀ ਕੋਲ ਜਾਣ ਦੇਈਏ ਨਾ ਜਵਾਕ ਨੂੰ, ਘਰ ਦਾ ਨਾ ਭੇਤ ਜੱਗ ਜਾਰ ਕਰੀਏ, ਓਏ ਘਰ ਦਾ ਨਾ ਭੇਤ ਜੱਗ ਜਾਰ ਕਰੀਏ, ਓਏ ਆਖੀਏ ਪਨੀਰ ਭਾਵੇਂ ਦਾਲ ਧਰੀਏ, ਆਖੀਏ ਪਨੀਰ ਭਾਵੇਂ ਦਾਲ ਧਰੀਏ, ਆਖੀਏ ਪਨੀਰ ਭਾਵੇਂ ਦਾਲ ਧਰੀਏ, ਆਖੀਏ ਪਨੀਰ ਭਾਵੇਂ ਦਾਲ ਧਰੀਏ। ਦੇਖੋ ਤੁਸੀਂ ਬੜੇ ਕਿੱਸੇ ਸੁਣੇ ਆ, ਸੋਹਣੀ ਮਹੀਵਾਲ ਦਾ, ਸੱਸੀ ਕੁੰਨੂ ਦਾ, ਮਿਰਜ਼ਾ ਸਾਹਿਬਾਂ, ਹੀਰ ਰਾਂਝਾ। ਇੱਕ ਕਿੱਸਾ ਹੋਇਆ ਜਿਹੜਾ ਲਿਖਤੀ ਰੂਪ ਦੇ ਵਿੱਚ ਬਹੁਤ ਘੱਟ ਮਿਲਦਾ, ਜ਼ੁਬਾਨੀ ਤੁਰਿਆ ਆਉਂਦਾ ਬਜ਼ੁਰਗਾਂ ਦੇ ਮੂੰਹੋਂ, ਉਹ ਇੰਦਰਬਾਣੀ ਅਤੇ ਬੇਗੋ ਦਾ ਕਿੱਸਾ। ਬੜਾ ਇੰਟਰਸਟਿਡ ਕਿੱਸਾ। ਪੁਰਾਣੇ ਵੇਲੇ 'ਚ ਗੱਲ ਹੁੰਦੀ ਸੀ, ਕਹਿੰਦੇ ਜੇ ਕਿਸੇ ਪਿੰਡ ਦੇ ਵਿੱਚ ਹੀਰ ਦਾ ਗਾਉਣ ਲੱਗ ਜੇ ਤਾਂ ਡੰਗਰਾਂ ਦੀ ਬਿਮਾਰੀ ਨਹੀਂ ਰਹਿੰਦੀ। ਅਤੇ ਕਿੱਸਾ ਇੰਦਰਬਾਣੀ ਅਤੇ ਬੇਗੋ ਦਾ ਬੜਾ ਛੋਟਾ ਕਿੱਸਾ। ਕੀ ਲਿਖਦੇ ਆ, ਬੇਗੋ ਇੰਦਰ ਦੀ ਦੁਕਾਨ ਤੇ ਆ ਗਈ ਨਾਲ ਸਹੇਲੀਆਂ ਕੱਪੜਾ ਲੈਣ ਦੇ, ਤੇ ਇੰਦਰ ਬੇਗੋ ਵੀ ਨਹੀਂ ਝਾਕੀ ਗਿਆ। ਉਹ ਸਹੇਲੀਆਂ ਕਹਿੰਦੀਆਂ ਵੇ ਕੱਪੜਾ ਪਾੜ, ਉਹ ਕਹਿੰਦਾ ਕਹਿ ਦੇ ਬੇਗੋ, ਉਹ ਕਹਿੰਦੀਆਂ ਬੇਗੋ ਤਾਂ ਕਹਿ ਦੂਗੀ ਅੱਗ ਲਾ ਦੇ ਹੱਟ ਨੂੰ, ਉਹ ਕਹਿੰਦਾ ਕਹਿ ਦੇ ਬੇਗੋ, ਕਹਿੰਦੀਆਂ ਕੁੜੇ ਕਹਿ ਦੇ ਬਾਣੀਆਂ ਕਿਹੜਾ ਲਾਉਣ ਲੱਗਿਆ। ਬੇਗੋ ਨੇ ਕਹਿਤਾ ਤੇ ਇੰਦਰ ਨੇ ਅੱਗ ਲਾ ਦੀ ਦੁਕਾਨ ਨੂੰ, ਦੁਕਾਨ ਮੱਚੀ ਤੇ ਬਾਹਰ ਨੂੰ ਤੁਰ ਪਈਆਂ, ਮਗਰੀ ਇੰਦਰ ਤੁਰ ਪਿਆ ਰਾਵੀ ਦਰਿਆ ਦੇ ਕੰਢੇ ਤੇ ਆ ਗਈਆਂ। ਉਹ ਸਹੇਲੀਆਂ ਕਹਿੰਦੀਆਂ ਵੀ ਅੱਜ ਤਾਂ ਬਾਣੀਆਂ ਪਊ ਆਪਣੇ ਛਿੱਤਰ, ਉਹ ਕਹਿੰਦੀਆਂ ਵੀ ਨਹਿਰ ਚ ਮਾਰ ਛਾਲ, ਉਹ ਕਹਿੰਦਾ ਕਹਿ ਦੇ ਬੇਗੋ, ਉਹ ਕਹਿੰਦੀਆਂ ਬੇਗੋ ਤਾਂ ਕਹਿ ਦੂ, ਕਹਿੰਦੀਆਂ ਕੁੜੇ ਕਹਿ ਦੇ ਬਾਣੀਆਂ ਕਿਹੜਾ ਮਾਰਨ ਲੱਗਿਆ। ਬੇਗੋ ਨੇ ਕਹਿਤਾ ਤੇ ਇੰਦਰ ਨੇ ਛਾਲ ਮਾਰੀ ਤੇ ਮਾਗਰੀ ਬੇਗੋ ਨੇ ਮਾਰੀ, ਵੀ ਇਹ ਤੋਂ ਵੱਡਾ ਆਸ਼ਕ ਹੋਰ ਕਿਹੜਾ ਮਿਲਣਾ ਰੂਹਾਂ ਦੇ ਸਾਂਝੀ। ਕਹਿੰਦੇ ਰੁੜਦੇ ਜਾਂਦੇ ਆਸ਼ਕ ਨੂੰ ਤੱਕ ਮਾਰਨ ਪੰਛੀ ਤਾਹਾਂ, ਬੇਗੋ ਨੇ ਵੀ ਇੰਦਰ ਦਿਆਰੋ ਗਲਜਾਂ ਪਾਈਆਂ ਬਾਹਾਂ, ਦੇਵ ਤਰੀਕੇ ਵਾਲਿਆ ਰੂਹਾਂ ਅੰਤ ਮੁਹੱਬਤ ਮਾਣੀ, ਜਿੰਨਾ ਚਿਰ ਜੱਗ ਜਿਉਂਦੇ ਲੋਕੀ ਪੈਂਦੀ ਰੂਹ ਕਹਾਣੀ। ਹੋ ਵੱਡਿਆਂ ਦੇ ਮੂੰਹੋਂ ਸੁਣੀ ਦੀ ਕਹਾਣੀਆਂ, ਹੋਇਆ ਇੱਕ ਆਸ਼ਕ ਇੰਦਰ ਬਾਣੀਆਂ, ਇੱਕ ਦਿਨ ਬੇਗੋ ਨਾਰੀ ਆ ਗਈ ਹੱਟ ਤੇ,
ਆਉਣ ਸਾਰ ਚੰਦਰੀ ਨੇ ਫੱਟੇ ਚੱਕਦੇ ਓਏ ਫੂਕ ਦੀ ਦੁਕਾਨ ਕਹਿਣ ਦੀ ਕੀ ਦੇਰ ਸੀ ਓਏ ਨਦੀ ਵਿੱਚ ਛਾਲ ਮਾਰ ਜਿੱਤੀ ਫੇਰ ਸੀ ਓਏ ਸੁਣੇ ਡੋਰੇ ਉੱਟ ਕੇ ਪਤੰਗ ਬੇਲੀ ਓ ਤੇ ਇਸ਼ਕੇ ਦੇ ਨਵੇਂ ਨਵੇਂ ਇਸ਼ਕੇ ਦੇ ਨਵੇਂ ਨਵੇਂ ਇਸ਼ਕੇ ਦੇ ਨਵੇਂ ਨਵੇਂ ਰੰਗ ਬੇਲੀਓ ਇਸ਼ਕੇ ਦੇ ਨਵੇਂ ਨਵੇਂ ਇਸ਼ਕੇ ਦੇ ਨਵੇਂ ਨਵੇਂ ਇਸ਼ਕੇ ਦੇ ਨਵੇਂ ਨਵੇਂ ਇਸ਼ਕੇ ਦੇ ਨਵੇਂ ਨਵੇਂ ਰੰਗ ਬੇਲੀਓ ਸਿਆਣੇ ਬੰਦੇ ਨੇ ਸਿਆਣੇ ਕਵੀਸ਼ਰ ਨੂੰ ਪੁੱਛਿਆ ਕਹਿੰਦੇ ਜੀ ਹੀਰ ਦਾ ਗਾਉਣ ਕਿੰਨੇ ਟਾਈਮ ਦਾ ਕਹਿੰਦਾ ਜੇ ਚੰਗੀ ਤਰ੍ਹਾਂ ਗਾਈਏ ਤਾਂ 12 ਸਾਲ ਲੱਗ ਜਾਂਦੇ ਆ ਕਿਸੇ ਵੀ ਇੱਕ ਸੰਪੂਰਨ ਚੀਜ਼ ਨੂੰ ਪਰ ਦੇਖੋ ਕਦੇ ਵੇਲਾ ਸੀ ਜਦੋਂ ਇੱਕ ਚੀਜ਼ ਦਾ ਗਾਉਣ ਵੀ 2-3 ਘੰਟੇ ਸੁਣਿਆ ਜਾਂਦਾ ਸੀ ਪਰ ਅੱਜ ਉਹ ਵੇਲਾ ਨਹੀਂ ਵੀ 2-3 ਘੰਟੇ ਆਪਾਂ ਇੱਕ ਚੀਜ਼ ਦਾ ਗਾਉਣ ਸੁਣ ਸਕੀਏ ਜਿਵੇਂ ਜ਼ਮਾਨਾ ਚੇਂਜ ਹੁੰਦਾ ਕਲਾਕਾਰਾਂ ਨੂੰ ਫਿਰ ਉਵੇਂ ਚੇਂਜ ਹੋਣਾ ਪੈਂਦਾ ਬਦਲਣਾ ਪੈਂਦਾ ਫਿਰ ਕਲਾਕਾਰਾਂ ਨੂੰ ਵੀ ਇੱਕ ਗੀਤ ਦੇ ਵਿੱਚ ਥੋੜ੍ਹੇ ਥੋੜ੍ਹੇ ਕਿੱਸੇ ਸਮੇਟਣੇ ਪੈਂਦੇ ਆ ਉਹ ਇਸ ਕਰਕੇ ਕਿਉਂਕਿ ਕਲਾਕਾਰ ਦਾ ਫਰਜ਼ ਹੁੰਦਾ ਕਿਉਂਕਿ ਜਿਹੜੇ ਰਿਕਾਰਡਡ ਗਾਣੇ ਆ ਉਹ ਤੁਸੀਂ ਸੁਣ ਲੈਣੇ ਆ ਜਿਹੜੇ ਰਿਕਾਰਡ ਨਹੀਂ ਹੈਗੇ ਜਿਹੜੇ ਤਿਆਰ ਕੀਤੇ ਹੁੰਦੇ ਆ ਜਿਹੜੇ ਅਖਾੜੇ ਦੇ ਵਿੱਚ ਸੁਣਾਉਣਾ ਕਲਾਕਾਰ ਦੀ ਜ਼ਿੰਮੇਵਾਰੀ ਹੈ ਜਿਹਨੂੰ ਜਿਹੜਾ ਚੰਗਾ ਲੱਗਿਆ ਉਹ ਨਾਲ ਲੈ ਗਿਆ ਜਿਹਨੂੰ ਮਾੜਾ ਲੱਗਿਆ ਉਹ ਇੱਥੇ ਛੱਡ ਗਿਆ ਗੱਲ ਆਪਦੇ ਮਤਲਬ ਦੀ ਹੈ ਜਿਹਨੂੰ ਜਿਹੜੀ ਚੰਗੀ ਲੱਗੀ ਉਹ ਨਾਲ ਲੈ ਗਏ ਅਤੇ ਕਲਾਕਾਰ ਨੂੰ ਸੁਣਾਉਣੀਆਂ ਬਣਦੀਆਂ ਅਤੇ ਅਗਲਾ ਕਿੱਸਾ ਕਿਹੜਾ ਉੱਤੀ ਦੋਨਾਂ ਦਾ ਮੁੰਡਾ ਤਖਤ ਹਜ਼ਾਰੇ ਦਾ ਉਹ ਇਸ਼ਕੇ ਨੇ ਕੁੰਡਾ ਕਰਤਾ ਵਿਚਾਰੇ ਦਾ ਤਾਨਾ ਸੀ ਕਸੂਤਾ ਭਾਬੀਆਂ ਨੇ ਮਾਰਿਆ 12 ਸਾਲ ਮੰਗੂ ਚੂਚਕ ਦਾ ਚਾਰਿਆ ਹੀਰ ਨੂੰ ਵਿਆਹ ਕੇ ਜਦੋਂ ਖੇੜੇ ਲੈ ਗਏ ਰਾਂਝੇ ਹੋਰੀ ਵੰਜਲੀ ਵਜੋਂ ਹੁੰਦੇ ਰਹਿ ਗਏ ਦੋਨਾਂ ਦਾ ਮੁੰਡਾ ਤਖਤ ਹਜ਼ਾਰੇ ਦਾ ਉਹ ਇਸ਼ਕੇ ਨੇ ਕੁੰਡਾ ਕਰਤਾ ਵਿਚਾਰੇ ਦਾ ਤਾਨਾ ਸੀ ਕਸੂਤਾ ਭਾਬੀਆਂ ਨੇ ਮਾਰਿਆ 12 ਸਾਲ ਮੰਗੂ ਚੂਚਕ ਦਾ ਚਾਰਿਆ ਹੀਰ ਨੂੰ ਵਿਆਹ ਕੇ ਜਦੋਂ ਖੇੜੇ ਲੈ ਗਏ ਰਾਂਝੇ ਹੋਰੀ ਵੰਜਲੀ ਵਜੋਂ ਹੁੰਦੇ ਰਹਿ ਗਏ ਤੇ ਦਿੰਦਾ ਏ ਗਵਾਹੀ ਸਿਆਲ ਝੰਗ ਬੇਲੀ ਓ ਤੇ ਇਸ਼ਕੇ ਦੇ ਨਵੇਂ ਨਵੇਂ ਇਸ਼ਕੇ ਦੇ ਨਵੇਂ ਨਵੇਂ ਇਸ਼ਕੇ ਦੇ ਨਵੇਂ ਨਵੇਂ ਰੰਗ ਬੇਲੀ ਓ ਇਸ਼ਕੇ ਦੇ ਨਵੇਂ ਨਵੇਂ 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 ਰੰਗ ਬੇਲੀਓ ਛੋਕਰੀ ਸਿੱਖੀ ਵੇ ਖਾਨ ਦੀ ਤਨੋ ਮਨੋ ਹੋ ਗਈ ਮਿਰਜੇ ਜਵਾਨ ਦੀ ਬਾਵਲੇ ਨੇ ਚੁੱਕ ਚੰਦੜਾਂ ਦੇ ਮੰਗਤੀ
ਤੇ ਮਿਰਜੇ ਦੀ ਜਿੰਦ ਸੂਲੀ ਉੱਤੇ ਟੰਗਤੀ ਘਰੇ ਟੁੱਕੀ ਭੈਣ ਦੀ ਬਰਾਤ ਛੱਡ ਕੇ ਪੱਕੀ ਤੇ ਲਿਆਇਆ ਸਹਿਬਾ ਨੂੰ ਸੀ ਕੱਢ ਕੇ ਤੇ ਪੂਰੀ ਹੋਣ ਦਿੱਤੀ ਨਾ ਉਹ ਮੰਗ ਬੇਲੀ ਓ ਹੋ ਤੇ ਇਸ਼ਕੇ ਦੇ ਨਵੇਂ ਨਵੇਂ ਇਸ਼ਕੇ ਦੇ ਨਵੇਂ ਨਵੇਂ ਇਸ਼ਕੇ ਦੇ ਨਵੇਂ ਨਵੇਂ ਰੰਗ ਬੇਲੀਓ ਇਸ਼ਕੇ ਦੇ ਨਵੇਂ ਨਵੇਂ ਇਸ਼ਕੇ ਦੇ ਨਵੇਂ ਨਵੇਂ ਇਸ਼ਕੇ ਦੇ ਨਵੇਂ ਨਵੇਂ ਰੰਗ ਬੇਲੀਓ ਇਸ਼ਕੇ ਦੇ ਨਵੇਂ ਨਵੇਂ ਇਸ਼ਕੇ ਦੇ ਨਵੇਂ ਨਵੇਂ ਇਸ਼ਕੇ ਦੇ ਨਵੇਂ ਨਵੇਂ ਰੰਗ ਬੇਲੀਓ ਕਹਿੰਦੇ ਵੀ ਜੇ ਆਪਾਂ ਖੇਤ ਹਾਂ ਤਾਂ ਖੇਤ ਦਾ ਕੰਮ ਕਰਨਾ ਚਾਹੀਦਾ, ਸੁਰਤ ਘਰੇ ਨਹੀਂ ਹੋਣੀ ਚਾਹੀਦੀ, ਕੋਈ ਵੀ ਕੰਮ ਹੈ ਇੱਕ ਪਾਸੇ ਹੋਣਾ ਚਾਹੀਦਾ ਮਨ। ਕਹਿੰਦੇ ਉਹ ਪ੍ਰਾਹੁਣਾ ਭੁੱਖਾ ਰਹਿੰਦਾ ਜਿਹੜਾ ਦੋ ਘਰਾਂ ਦਾ ਸਾਂਝਾ ਇੱਕੋ ਪਾਸਾ ਰੱਖ ਲੈ, ਹੀਰੇ ਜਾ ਖੇੜੇ ਜਾ ਰਾਂਝਾ। ਇਹ ਵੀ ਗੱਲ ਉੱਥੇ ਹੀ ਆਉਂਦੀ ਹੈ, ਇਕਾਗਰ ਮਨ ਦਾ ਹੋਣਾ ਬਹੁਤ ਜ਼ਰੂਰੀ ਹੈ। ਦਿਲ ਕਿਤੇ ਹੋਰ ਅੱਖ ਹੋਰ ਨਾਲ ਹੈ, ਨਾ ਹੀ ਹੁਣ ਸੱਸੀ ਨੂੰ ਪੰਨੂ ਹੁੰਦੀ ਪਾਲ ਹੈ, ਤੇ ਹੋ ਗਏ ਨੇ ਰੰਗ ਬਦਰੰਗ ਬੇਲੀਓ ਹੋ ਤੇ ਇਸ਼ਕੇ ਦੇ ਨਵੇਂ ਨਵੇਂ ਇਸ਼ਕੇ ਦੇ ਨਵੇਂ ਨਵੇਂ ਇਸ਼ਕੇ ਦੇ ਨਵੇਂ ਨਵੇਂ ਰੰਗ ਬੇਲੀਓ ਇਸ਼ਕੇ ਦੇ ਨਵੇਂ ਨਵੇਂ ਇਸ਼ਕੇ ਦੇ ਨਵੇਂ ਨਵੇਂ ਇਸ਼ਕੇ ਦੇ ਨਵੇਂ ਨਵੇਂ ਇਸ਼ਕੇ ਦੇ ਨਵੇਂ ਨਵੇਂ ਵਧੀਆ ਲੱਗਿਆ, ਤਾੜੀ ਮਾਰ ਦਿਓ ਖੁੱਲ ਕੇ।